ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਤਾ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਇਆ ਵਾਂ। ਅੱਜ ਦੀ ਗੱਲ ਕਰਦਿਆਂ ਮੇਰਾ ਸੀਨਾ ਅੰਦਰੋਂ ਪਾਟਾ ਪਿਆ ਹੈ। ਅੱਜ ਦੀ ਗੱਲ ਕਰਨ ਲੱਗਿਆਂ ਮੇਰਾ ਦਿਲ ਖੂਨ ਦੇ ਆਸੂ ਰੋਂਦਾ ਪਿਆ ਹੈ। ਮੇਰਾ ਤੇ ਦਿਲ ਕਰਦਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ, ਕਿਆ ਮੈਂ ਪਾਕਿਸਤਾਨ ਦੇ ਵਿੱਚ ਕੋਈ ਮਹਾਜਰ ਹੈਗਾ ਵਾਂ? ਕਿਆ ਮੈਂ ਪਾਕਿਸਤਾਨ ਨੂੰ ਵੋਟ ਇਸ ਤੋਂ ਦਿੱਤਾ ਤਾਂ ਕਿ ਮੈਂ ਪਾਕਿਸਤਾਨ 'ਚ ਚੂੜਾ ਕਹਿਲਾਵਾਂ? ਕਿਆ ਮੈਂ ਪਾਕਿਸਤਾਨ ਨੂੰ ਐਜੂਕੇਸ਼ਨ ਦਿੱਤੀ ਤਾਂ ਕਿ ਮੈਂ ਚੂੜਾ ਕਹਿਲਾਵਾਂ? ਮੈਂ ਪਾਕਿਸਤਾਨ ਨੂੰ ਐਜੂਕੇਸ਼ਨ ਦੇ ਨਾਲ ਸਿਹਤ ਦਿੱਤੀ ਤਾਂ ਕਿ ਮੈਂ ਚੂੜਾ ਕਹਿਲਾਵਾਂ? ਮੈਂ ਪਾਕਿਸਤਾਨ ਦੀ ਬੁਨਿਆਦਾਂ ਨੂੰ ਮਜ਼ਬੂਤ ਕੀਤਾ ਤਾਂ ਕਿ ਮੈਂ ਚੂੜਾ ਕਹਿਲਾਵਾਂ? ਮੈਂ ਪਾਕਿਸਤਾਨ ਨੂੰ ਦੱਸਣਾ ਚਾਹੁੰਦਾ ਔਰ ਇਹ ਗੱਲ ਕਰਨਾ ਚਾਹੁੰਦਾ ਵਾਂ ਕਿ ਜਦੋਂ ਸਾਡੀ ਜ਼ਰੂਰਤ ਸੀ 70 ਤੋਂ ਪਹਿਲਾਂ, 1970 ਤੋਂ ਪਹਿਲਾਂ ਤੁਸੀਂ ਸਾਨੂੰ ਚੀਫ ਆਫ ਆਰਮੀ ਸਟਾਫ ਵੀ ਕਬੂਲ ਕੀਤਾ, ਤੁਸੀਂ ਸਾਨੂੰ ਪਾਕਿਸਤਾਨ ਦੇ ਅੰਦਰ ਜਸਟਿਸ ਵੀ ਮੁਕਰਰ ਕੀਤਾ, ਤੁਸੀਂ ਸਾਨੂੰ ਕੀ ਪੁਆਇੰਟਸ ਵੀ ਦਿੱਤੀਆਂ, ਕੀ ਸੀਟਸ ਵੀ ਦਿੱਤੀਆਂ, ਅਸਾਂ ਪਾਕਿਸਤਾਨ ਨੂੰ ਐਜੂਕੇਸ਼ਨ ਦਿੱਤੀ। ਉਸਤਾਦਾਂ ਦੀ ਬੜੀ ਕਦਰ ਹੁੰਦੀ ਹੈ। ਅਗਰ ਮੈਂ ਅੱਜ ਗੱਲ ਕਰਨਾ ਚਾਹੁੰਦਾ, ਅਗਰ ਇਲਾਮਾ ਇਕਬਾਲ ਉਹਨਾਂ ਨੇ ਖੁਆਬ ਵੇਖਿਆ, ਉਹ ਖੁਆਬ ਦੇਣ ਵਾਲੇ ਕੌਣ ਸਨ? ਉਹ ਅਸੀਂ ਸਾਂ ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਕਾਇਦ ਆਜ਼ਮ ਅਲੀ ਜਿਨ੍ਹਾਂ ਨੇ ਤਲੀਮ ਪਾਈ, ਇਲਾਮਾ ਇਕਬਾਲ ਨੇ ਸਿਆਲਕੋਟ ਦੇ ਅੰਦਰ ਮਿਸ਼ਨ ਸਕੂਲ ਤੋਂ ਤਾਲੀਮ ਹਾਸਲ ਕੀਤੀ। ਉਹ ਖੁਆਬ ਅਸਾਂ ਦਿੱਤੇ, ਉਹ ਤਾਲੀਮ ਅਸਾਂ ਉਹਨਾਂ ਨੂੰ ਦਿੱਤੀ, ਲੇਕਿਨ ਪਾਕਿਸਤਾਨ ਦੇ ਵਿੱਚ ਸਾਨੂੰ ਉਸਤਾਦਾਂ ਨੂੰ ਚੂੜਾ ਕਿਹਾ ਜਾਂਦਾ ਹੈ। ਕਿਆ ਇਸ ਤੋਂ ਅਸੀਂ ਪਾਕਿਸਤਾਨ ਨੂੰ ਵੋਟ ਦਿੱਤਾ ਤਾਂ ਕਿ ਪਾਕਿਸਤਾਨ ਦੇ ਵਿੱਚ ਜਦੋਂ ਕਿ ਸਾਡੇ ਜਿਹੜੇ ਕਾਇਦ ਸਨ ਉਸ ਵਕਤ ਦੇ ਜਿਨ੍ਹਾਂ ਨੇ ਆਖਿਆ ਸੀਨੇ ਪੇ ਗੋਲੀ ਖਾਏਗੇ ਪਾਕਿਸਤਾਨ ਬਣਾਏਗੇ, ਦੱਸੋ ਸਾਨੂੰ ਪਾਕਿਸਤਾਨ ਬਣਾਉਣ ਦਾ ਕੀ ਸਾਨੂੰ ਹਾਸਲ ਹੋਇਆ? ਕਿਆ ਸਾਨੂੰ ਇਹ ਹਾਸਲ ਹੋਇਆ ਕਿ ਕਦੀ ਸ਼ਾਂਤੀਨਗਰ ਦੇ ਰੂਪ ਦੇ ਵਿੱਚ ਮੈਨੂੰ ਖੂਨ ਵੇਖਣਾ ਪੈ ਰਿਹਾ, ਕਦੀ ਮੈਂ ਟਿੱਬਾ ਵੇਖਣਾ ਪੈ ਰਿਹਾ, ਉਹ ਖੂਨ ਦੇ ਵਿੱਚ ਮੇਰੀਆਂ ਇੱਜ਼ਤਾਂ ਪਾਇਮਾਲ ਹੋ ਰਹੀਆਂ ਨੇ, ਮੇਰੀਆਂ ਬੱਚੀਆਂ ਉਹਨਾਂ ਦੀ ਅਸਲ ਇੱਜ਼ਤ ਰਾਜ਼ੀ ਕੀਤੀ ਜਾਂਦੀ ਹੈ, ਉਹਨਾਂ ਦੇ ਨਾਲ ਗੈਂਗ ਰੇਪ ਕੀਤੇ ਜਾਂਦੇ ਨੇ। ਕਿਆ ਇਸ ਤੋਂ ਪਾਕਿਸਤਾਨ ਬਣਾਇਆ? ਇਸ ਤੋਂ ਪਾਕਿਸਤਾਨ ਬਣਾਇਆ ਕਿ ਅਸੀਂ ਪਾਕਿਸਤਾਨ ਦੇ ਅੰਦਰ ਰਹਿ ਕੇ ਅਸੀਂ ਜ਼ੁਲਮ ਓ ਸਿਤਮ ਦਾ ਸ਼ਿਕਾਰ ਰਹੀਏ? ਪਾਕਿਸਤਾਨ ਬਣਾਉਣ ਤੋਂ ਅਗਰ ਅਸੀਂ ਅੱਜ ਵੇਖੀਏ ਤੇ ਮੈਂ ਤੇ ਇਹ ਕਵਾਂਗਾ, ਬਰਾਏ ਮਿਹਰਬਾਨੀ ਤੁਹਾਡੇ ਅੱਗੇ ਅਪੀਲ ਕਰਨੇ ਆ, ਸਾਨੂੰ ਹੁਣ ਪਾਕਿਸਤਾਨ ਚੋਂ ਮਜ਼ੀਦ ਅਸੀਂ ਲਾਸ਼ਾਂ ਨਹੀਂ ਵੇਖ ਸਕਦੇ, ਆਪਣੀ ਇਸਮਤ ਰਜ਼ੀ ਨਹੀਂ ਵੇਖ ਸਕਦੇ, ਅਸੀਂ ਆਪਣੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਨਹੀਂ ਵੇਖ ਸਕਦੇ, ਅਸੀਂ ਆਪਣੀਆਂ ਲਾਸ਼ਾਂ ਨਹੀਂ ਵੇਖ ਸਕਦੇ। ਮੈਂ ਤੁਹਾਡੇ ਅੱਗੇ ਅੱਜ ਉਹ ਗੱਲਾਂ ਪੇਸ਼ ਕਰਨਾ ਚਾਹੁੰਦਾ, ਮੈਂ ਤੁਹਾਨੂੰ ਵਹਾਉਣਾ ਚਾਹੁੰਦਾ ਸ਼ਾਂਤੀਨਗਰ 1997 'ਚ ਤੁਸੀਂ ਟਿੱਬਾ ਤੇ ਸ਼ਾਂਤੀਨਗਰ ਸਾੜ ਦਿੱਤਾ, ਕਿਆ ਉਸ SHO ਨੂੰ ਜਿਹਨੇ ਉਹ ਸਾਰੀ ਹਰਕਤ ਕੀਤੀ, ਕਿਆ ਤੁਸੀਂ ਉਸ SHO ਨੂੰ ਕਿਆ ਪਕੜਿਆ, ਉਹ ਕਿਆ ਉਹਦੇ ਘਰ ਨੂੰ ਜਲਾਇਆ? ਨਹੀਂ ਕੀਤਾ, ਤੁਸੀਂ ਉਹਨੂੰ ਬਕਾਇਦਾ ਤੌਰ ਤੇ ਸੇਫ ਕਰ ਦਿੱਤਾ। ਸ਼ਾਂਤੀਨਗਰ ਸੜ ਗਿਆ 1997 ਵਿੱਚ ਤੁਸੀਂ ਸਾੜ ਦਿੱਤਾ, ਫਿਰ ਸਾਨੂੰ ਲੋਲੀਪੋਪ ਤੁਸੀਂ ਦੇ ਦਿੰਦੇ ਜੇ। ਬਹੁਤ ਸਾਰੇ ਮੇਰੇ ਮੌਲਾਨਾ ਭਾਈ ਆ ਜਾਂਦੇ ਨੇ, ਮੇਰੇ ਬਹੁਤ ਸਾਰੇ ਐਸੇ ਲੋਕ ਆ ਜਾਂਦੇ ਨੇ, ਹਮ ਸਹੀ ਕੌਮ ਤੋਂ ਮਾਫੀ ਮੰਗਦੇ ਆ, ਉਹ ਮਾਫੀ ਮੰਗ ਕੇ ਸਾਨੂੰ ਅਗਲੇ ਟਾਰਗੇਟ ਲਈ ਫਿਰ ਤਿਆਰ ਕਰ ਦਿੰਦੇ ਜੇ। ਅਸੀਂ ਉਹ ਲੋਲੀਪੋਪ ਚੁੰਗ ਚੁੰਗ ਕੇ ਅਸੀਂ ਫਿਰ ਤਸੱਲੀ ਪਾ ਜਾਂਦੇ ਹਾਂ। 1997 'ਚ ਲੋਲੀਪੋਪ ਦੇ ਦਿੱਤੇ ਸਾਨੂੰ, ਅਸੀਂ ਫਿਰ ਚੁੱਪ ਕਰ ਗਏ। ਉਸ ਤੋਂ ਬਾਅਦ ਤੁਸੀਂ ਸਾਂਗਾ ਹਾਲ ਦੇ ਵਿੱਚ ਫਿਰ ਦੁਬਾਰਾ ਅਟੈਕ ਕੀਤਾ 2005 ਦੇ ਵਿੱਚ, ਤੁਸੀਂ ਸਾਡੇ ਤੇ ਫਿਰ ਜ਼ੁਲਮ ਸਿਤਮ ਕੀਤਾ, ਅਸੀਂ ਫਿਰ ਲੋਲੀਪੋਪ ਲੈ ਕੇ ਫਿਰ ਚੁੱਪ ਹੋ ਗਏ। ਕਿਆ ਇਹ ਪਾਕਿਸਤਾਨ ਹੈ ਸਾਡੇ ਵਾਸਤੇ, ਜਿਹਦੇ ਲਈ SP ਬਹਾਦਰ ਸਿੰਘ ਆ, ਈਗਿਬਨ ਫਜ਼ਲ ਇਲਾਹੀ, ਚੰਦੂ ਲਾਲ, ਕਿਆ ਅਸੀਂ ਅੱਜ ਉਹਨਾਂ ਨੂੰ ਰੋਈਏ ਕਿ ਤੁਸੀਂ ਕਿਉਂ ਸਾਡੇ ਵਾਸਤੇ ਇਹ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ 'ਚ ਇਹਨਾਂ ਨਾਲ ਰਹੀਏ? ਕਿਆ ਇਸ ਤੋਂ ਅਸੀਂ ਵੋਟ ਦਿੱਤਾ ਕਿ ਪਾਕਿਸਤਾਨ 'ਚ ਸਾਡੀਆਂ ਇੱਜ਼ਤਾਂ ਲੁੱਟੀਆਂ ਜਾਣ? ਕਦੀ ਤੁਸੀਂ ਗੌਰ ਕਰੋ ਜਿਹੜਾ ਹੋਰ ਵੀ ਵਾਕਿਆ ਹੋਇਆ, ਲੇਕਿਨ ਮੈਂ ਅੱਜ ਤੁਹਾਨੂੰ ਤਫਸੀਲ ਵੀ ਦੱਸਾਂਗਾ। ਲਾਹੌਰ ਦੇ ਵਿੱਚ 2006 ਦੇ ਵਿੱਚ ਵੀ ਸਾਡੇ ਨਾਲ ਬਦਸਲੂਕੀ ਹੋ ਗਈ,
फिर साढ़े नाल एक नवा तमाशा हो गया। फिर कराची दे विच 2008 दे विच गोजरा 2009 अज 14 साल बाद फिर फैसलाबाद दे अंदर फिर तुसा काम वहा दिता है। बेबुनियाद केस बना के बेबुनियाद बेबुनियाद केस शबाज भट्टी ने शहीद कर दिता गया। मुरदान दे विच चर्च स्कूल बाइबल कॉलेज जला दिता ते नारे की लगते पे सन अमरीका का जो यार है गरदार है गरदार है। ते आज ते हर बंदा अमरीका का भी वीजा लवाने लई पहला नारा लाते ने ते बाद अमरीका दे विच वीजा लवाने लई भी लैना लगी होंदियां ने। कदी कोशिश करो जागन की कुछ होश करो यार असी तो बर्बाद होए पे हाँ असी केड़े हाथ ते अपना लहू तलाश करिए केड़े हाथ हाथ ते गोजरे च तुसा अंदर ही बच्चियां नू जला दिता अंदर ही उस बजुर्ग नू भी जला दिता सानू फिर लॉलीपॉप दे दिता असी फिर उन्हू क्या चल ठीक है फिर सानू तसलियां मिल जांदियां ने ते फिर क्या जांदा है वो हमें वो मुसलमान नहीं थे वह कौन सन जिन्होंने काम फिर किया। मेरे अजीजो मेरे भैन भाईओ मैं तुहानू अपना भैन भाई भी कह रहा लेकिन अफसोस ही तुहाडे नाल ही करना पिया क्योंकि तुसीं साडे नाल बुरा सलूक करदे जे क्यों क्योंकि असीं पाकिस्तान चक लिया तां तुसीं हिंदुस्तान च भी अकलीयत है गए सो अज भी है गए उदो पाकिस्तान इस तो बनाया गया कि ताडे ना उत्थे जुलम हो रहा सी अज असी भी कहने कि फिर सानू भी इतों कट दियो सानू भी इतों कट दियो क्योंकि हुण असी अक गए हाँ थक गए हाँ गो के साडा क्योंकि साडे बजुर्गों दियां कबरां इत्थे मौजूद ने लेकिन तुसां ते कबरां दी भी बेहरमती कर दिती तुसीं खुद वेखदे पे हो तुसा इस वाके दे विच जड़ा वाला दे विच कबरां दे तसलीबां तोड़ियां ने कबरां दी बेहरमती कीती है तुसा ये शर्म दा कहना पै रहा है। जिंदा तो जिंदा तुसी ते उन्हां कबरां दी भी बेहरमती कर दिती है किन्ने अफसोस की गल है गई है क्या पाकिस्तान च असीं यह चीज़ां वेखण लई बैठे हाँ। तुसा उस तों बाद जोसफ कानूनी तुसा सार दिती ते फिर क्या फिर सानू लॉलीपॉप दे दिते तुहाडे घर तमीर हो जाएंगे ते तुसी साडे लई क्यों ये नहीं करदे कि तुसी कहो जाओ यार इत्थों टोरी जाओ जिवें तुहाडे इक मौलाना ने कहा कि जाओ तुसी ट्रंप दे बूट पालिश करो ते मेहरबानी करके इंज दे ही कोई काम कर दिओ साडे लई मेहरबानी करके इंज दे ही साडे लई काम कर दिओ असी इस गल नू भी कबूल करन लई तैयार हाँ। जिवें तुसी हमेशा सानू कोई लॉलीपॉप दे देंदे जे हुण कोई ऐसा साडे लई काम कर दिओ सानू भी जिंदगी दा सुकून दा साह मिले असी फिर भी तुहाडी तारीफ करांगे असी पाकिस्तान दे शुक्रगुजार हाँ उन्होंने सानू पाकिस्तान चों कढ दित्ता है असी फिर भी तुहाडे शुक्रगुजार होवांगे जिवें तुसी 1997 तो लैके हुण तक साडे नाल लॉलीपॉप खेडदे पए हो असी फिर भी तुहानू क्योंकि साडी जरूरत नहीं हैगी साडे ते बच्चा जमदा है उहदे अंदर तुहाडा खौफ है। अज भी जो वाकया होया है अजे तक गौरमेंट वाले खौफ दे विच हैगी है पता नहीं किहड़े टाइम किहड़े चिर ते कोई हमला हो जाए अजे तक पुलिसां साडे चर्चा दे विच खलोतियां ने असीं किवें अपने आप नूं महफूज समझिए पाकिस्तान च किवें समझिए मेरे असीसो और मेरे भैन भाई असीं किवें समझिए कि तुसीं साडे मुहाफ़िज़ हो गो कि हज़ूरे करीम सल्लल्लाहु अलैहि वसल्लम फरमाते ने कि असी अकलीयतां दे मुहाफ़िज़ हाँ लेकिन इत्थे ते कोई असी महफूज नहीं है पाकिस्तान च असी महफूज नहीं है ना मैं महफूज हाँ ना मेरी बेटी महफूज है ना मेरी भैन महफूज है ना मेरी मां महफूज है ना मेरा नौजवान महफूज है बंदे तो बंदे साडियां हुण कबरां भी महफूज नहीं रह गईआं ते किवें असी कहीए हुण ते उह जिहड़ा चिट्टा झंडा लाल हो गया जे ਉਹ ਲਾਲ ਹੋ ਗਿਆ ਖੂਨ ਦੇ ਨਾਲ ਉਹ ਝੰਡਾ ਲਾਲ ਹੋ ਗਿਆ ਜੇ ਉਹ ਖੂਨ ਬਹਾ ਬਹਾ ਕੇ ਹੁਣ ਅਸੀਂ ਉਸ ਝੰਡੇ ਨੂੰ ਕਹੀਏ ਉਹ ਅਕਲੀਅਤ ਨਹੀਂ ਉਹ ਸਾਡੇ ਲਈ ਜ਼ਲੀਲ ਜ਼ਲਾਲਤ ਬਣ ਗਈ ਹੈ ਉਹ ਜ਼ਲਾਲਤ ਦਾ ਨਿਸ਼ਾਨ ਸਾਡੇ ਲਈ ਉਹ ਵਾਈਟ ਨਿਸ਼ਾਨ ਜਿਹੜਾ ਉਹ ਖੂਨ ਦਾ ਭਰ ਗਿਆ ਜੇ ਫਿਰ ਤੁਸੀਂ ਮੁਲਤਾਨ ਦੇ ਵਿੱਚ 2014 'ਚ ਤੁਸੀਂ ਫਿਰ ਮੁਲਤਾਨ ਦੇ ਵਿੱਚ ਸਾਡੇ ਨਾਲ ਜ਼ੁਲਮ ਕਰ ਦਿੱਤਾ
फिर तुसा सानू क्या बड़ी तसलियां दे दित्तियां, असी फिर उहदे ते टुर पए। फिर कसूर च, कसूर दा वाकया दिल खराश वाकया। पहला तुसा घरां ते कब्जे कीते और उहनां दी तादाद 110 फैमलियां, 110 फैमलियां ਉਹਨਾਂ ਦੇ ਵਿੱਚ ਬੱਚੀਆਂ ਨਾਲ ਗੈਂਗ ਰੇਪ ਤੁਸੀਂ ਕੀਤਾ ਔਰ ਇੱਕ ਕੇਸ ਨਹੀਂ ਉਹਦੇ ਤੇ ਦਰਜ ਹੋ ਸਕਿਆ, ਇੱਕ ਵੀ ਕੇਸ ਤੁਸੀਂ ਦਰਜ ਨਹੀਂ ਕੀਤਾ, ਨਾ ਉਹਨਾਂ ਨੂੰ ਫੜਿਆ। ਉਹ ਤਮਾਮ ਲੋਕ ਆਜ਼ਾਦ ਫਿਰਦੇ ਨੇ ਤੇ ਫਿਰ ਨਵੀਂ ਪਲੈਨਿੰਗ ਕਰਦੇ ਨੇ, ਫਿਰ ਕਿੱਦਣ ਇਹਨਾਂ ਕ੍ਰਿਸਚਨਾਂ ਨੂੰ ਫੜ ਕੇ ਤੇ ਅਸੀਂ ਜ਼ਲੀਲ ਕਰਾਂਗੇ, ਇਹਨਾਂ ਦੇ ਗਿਰਜਿਆਂ ਨੂੰ ਵੀ ਤੋੜਾਂਗੇ, ਇਹਨਾਂ ਦੀਆਂ ਇੱਜ਼ਤਾਂ ਵੀ ਲੁੱਟਾਂਗੇ। ਨਾ ਕਰੋ, ਤੁਹਾਡੇ ਅੱਗੇ ਮਿਹਰਬਾਨੀ ਅੱਗੇ ਕਰਕੇ ਇਲਤਜਾ ਕਰਨੇ ਆ। ਅਸੀਂ ਪਾਕਿਸਤਾਨ ਦੇ ਵਿੱਚ ਰਹਿ ਕੇ ਮਜ਼ੀਦ ਜ਼ਲਾਲਤ ਨਹੀਂ ਲੈ ਸਕਦੇ। 2014 ਚ ਤੁਸੀਂ ਕਸੂਰ ਦੇ ਵਿੱਚ ਬਾਮਣੀ ਵਾਲਾ ਦੇ ਵਿੱਚ ਵਾਕਿਆ ਕੀਤਾ, ਫਿਰ ਤੁਸੀਂ ਲਾਹੌਰ 2015 ਦਾ ਵਾਕਿਆ ਤੁਹਾਨੂੰ ਬੜਾ ਅੱਛੇ ਤਰੀਕੇ ਨਾਲ ਯਾਦ ਹੈ। 2015 ਚ ਕੀ ਵਾਕਿਆ ਹੋਇਆ? ਸਾਡੇ ਬੇਗੁਨਾਹ ਲੋਕ 4 ਸਾਲ 8 ਮਹੀਨੇ ਜੇਲ੍ਹਾਂ ਚ ਰੁਲੇ ਨੇ, ਫਿਰ ਅਸੀਂ ਕਿਆ ਚੱਲ ਖੈਰ ਹੈ, ਇਹ ਪਾਕਿਸਤਾਨ ਹਮਾਰਾ ਹੈ। ਸਾਨੂੰ ਤਾਂ ਕਦੀ 14 ਅਗਸਤ ਤੇ ਮਿਹਰਬਾਨੀ ਜਨਾਬ ਤੁਸੀਂ ਕਦੀ ਨਹੀਂ ਪੁੱਛਿਆ, ਅਸੀਂ ਤਾਂ 14 ਅਗਸਤ ਤੇ ਵੀ ਇਹ ਨਾਰਾ ਨਹੀਂ ਲਾ ਸਕਦੇ। ਸਾਨੂੰ ਤਾਂ ਉੱਥੇ ਵੀ ਮਤਰੀਆਂ ਮਾਂ ਵਾਲਾ ਸਲੂਕ ਹੈ, ਅਸੀਂ ਆਪਣੇ ਤੌਰ ਤੇ ਨਾਰਾ ਮਾਰ ਲੈਂਦੇ ਹਾਂ, ਲੇਕਿਨ ਕਦੀ ਤੁਸੀਂ ਇਹਦੇ 'ਚ ਸਾਨੂੰ ਕਦੀ ਸ਼ਾਮਿਲ ਨਹੀਂ ਕੀਤਾ। ਕਿਉਂ? ਕਿਉਂਕਿ ਅਸੀਂ ਪਾਕਿਸਤਾਨ 'ਚ ਅਕਲੀਅਤ ਹਾਂ। ਉਹ ਭਾਵੇਂ ਮੇਰਾ ਹਿੰਦੂ ਪਾਈਏ ਤੇ ਭਾਵੇਂ ਸਿੱਖ ਪਾਈਏ, ਤੁਸੀਂ ਬਗੈਰ ਕਿਸੇ ਤਹਿਕੀਕ ਤੋਂ ਤੁਰ ਪੈਂਦੇ ਜੇ ਤੇ ਆਬਾਦੀਆਂ ਦੀਆਂ ਆਬਾਦੀਆਂ ਸਾੜਦੇ ਔਰ ਘਰਾਂ ਨੂੰ ਲੁੱਟਦੇ ਜੇ, ਜਿਵੇਂ ਤੁਸੀਂ ਸ਼ਾਂਤੀਨਗਰ 'ਚ ਲੁੱਟੇ ਘਰ, ਜਿਵੇਂ ਪਹਿਲਾਂ ਗੋਜਰੇ 'ਚ ਘਰ ਲੁੱਟੇ, ਹੁਣ ਫਿਰ ਜੜਾਂ ਵਾਲੇ 'ਚ ਲੁੱਟੇ, ਇੰਝ ਹੀ ਤੁਸੀਂ ਜੋਸਫ ਕਲੋਨੀ 'ਚ ਘਰ ਲੁੱਟੇ, ਇੰਝ ਹੀ ਤੁਸੀਂ ਮੁਲਤਾਨ ਦੇ ਵਿੱਚ, ਮੁਰਦਾਨ ਦੇ ਵਿੱਚ। ਖਾਲੀ ਤੁਸੀਂ ਘਰ ਨਹੀਂ ਸਾੜਦੇ, ਲੁੱਟਦੇ ਵੀ ਜੇ ਨਾਲ। ਕਿੰਨੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਇਹਦੇ ਨਾਲ 2016 ਚ ਤੇ ਹੁਣ 2023 ਦੇ ਵਿੱਚ। ਮੈਂ ਅਗਰ ਯਾਦ ਕਰਾਂ ਇਸ ਗੱਲ ਨੂੰ, ਮੈਂ ਉਹ ਗੱਲਾਂ ਦੱਸਣਾ ਚਾਹ ਰਿਹਾ ਵਾਂ ਕਿ ਇਹ ਜੱਥੇ ਨਿਕਲੇ ਨੇ ਔਰ ਇੱਕ ਦਿਨ ਪਹਿਲਾਂ ਦੀ ਸਾਰੀ ਪਲੈਨਿੰਗ ਤੁਸੀਂ ਕੀਤੀ, ਇੱਕ ਦਿਨ ਪਹਿਲਾਂ ਸਾਰੀ ਪਲੈਨਿੰਗ ਕੀਤੀ ਔਰ ਉਹਨੂੰ ਕਿਸ ਤਰੀਕੇ ਨਾਲ ਪਾਇਆ ਤਕਮੀਲ ਤੱਕ ਪਹੁੰਚਾਇਆ ਕਿ ਤੁਸੀਂ ਪਹਿਲਾਂ ਸਾਰਿਆਂ ਨੂੰ ਕਾਲਸ ਕੀਤੀਆਂ, ਉਹ ਕਾਲਾਂ ਕਰ ਕਰਕੇ ਤੇ ਤੁਸੀਂ ਗਰੁੱਪਸ ਬਣਾ ਲਏ, ਉਹ ਜਥੇ ਬਣਾ ਲਏ, ਬਈ ਮੈਂ ਇਸ ਪਿੰਡ 'ਚ ਜਾ ਰਿਹਾ, ਤੂੰ ਉਸ ਪਿੰਡ 'ਚ ਗਰੁੱਪ ਨੇ ਜਾਣਾ। ਤੇ ਸਭ ਤੋਂ ਪਹਿਲਾਂ ਤਾਂ ਤੁਸੀਂ, ਅਗਰ ਮੈਂ ਪੁਆਇੰਟਸ ਨਾਲ ਗੱਲ ਕਰਾਂ, ਤੁਸੀਂ ਤੇ ਉਹਨਾਂ ਲੋਕਾਂ ਦੇ ਜਿਹੜੇ ਜਥੇ ਆਏ ਉਹਨਾਂ ਪਹਿਲਾਂ ਬਿਜਲੀ ਦੇ ਤੇ ਗੈਸ ਦੇ ਮੀਟਰ ਲਾ ਲਏ ਔਰ ਫਿਰ ਉਹਨਾਂ ਨੇ ਘਰਾਂ ਨੂੰ ਲੁੱਟੇ ਆਏ, ਜਹੇਜ਼ ਉਹਨਾਂ ਦੇ ਲੁੱਟ ਲਏ ਜਿੰਨਾ ਬੱਚੀਆਂ ਦੇ ਨਵੇਂ ਜੇ ਸਨ, ਕਿਉਂਕਿ ਸਾਡੇ ਉਹਨਾਂ ਲੋਕਾਂ ਦੇ ਕੋਲ ਬੈਂਕ ਅਕਾਊਂਟ ਕਹਿੰਦੇ ਪਿੰਡਾਂ ਦੇ ਵਿੱਚ, ਉਹਨਾਂ ਦੇ ਘਰ 'ਚ ਜਿਹੜੀ ਜਮ੍ਹਾਂ ਪੂੰਜੀ ਸੀ ਉਹ ਵੀ ਤੁਸੀਂ ਲੁੱਟ ਲਈ। ਤੇ ਹੁਣ ਸਾਡੇ ਮੌਲਾਨਾ ਹਜ਼ਰਾਤ, ਸਾਡੇ ਜਿਹੜੇ ਬਹੁਤ ਸਾਰੇ ਸਾਡੇ ਇੰਤਜ਼ਾਮੀਆਂ ਦੇ ਲੋਕ ਨੇ ਜਾਂ ਉਹ ਜਿਹੜੇ ਵਜ਼ੀਰ ਨੇ, ਉਹ ਕਹਿ ਰਹੇ ਨੇ ਹਮ ਆਪਸੇ ਮੁਆਫੀ ਮੰਗਦੇ ਹਾਂ, ਇਹ ਬੜੀ ਦਫਾ ਮਾਫੀਆਂ ਸੁਣੀਆਂ ਨੇ। ਉਹ ਕਾਰਾਂ ਦੇ ਵਿੱਚ ਤੁਹਾਨੂੰ ਯਾਦ ਹੈ ਇੱਕ ਬੱਚੇ ਨੇ ਸਕੂਲ ਦੇ ਵਿੱਚ ਗਲਾਸ 'ਚ ਪਾਣੀ ਪੀਤਾ ਸੀ ਤੇ ਬੱਚਿਆਂ ਨੇ ਵੱਟੇ ਤੇ ਡੰਡੇ ਮਾਰ ਮਾਰ ਕੇ ਬੱਚਾ ਮਾਰ ਦਿੱਤਾ। ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹੁੰਦਾ ਵਾਂ, ਪੰਜਾਬ ਦੇ ਇੱਕ ਗਾਓਂ ਦੇ ਵਿੱਚ ਇਸ਼ਤਿਆਕ ਨਾਮੀ ਇੱਕ ਬੱਚਾ, ਇਹ 9 ਮਈ ਦਾ ਵਾਕਿਆ ਹੈ, 2009 ਦਾ ਵਾਕਿਆ ਹੈ, ਜਿਹਦੇ ਵਿੱਚ ਉਸ ਨੌਜਵਾਨ ਨੇ ਸਿਰਫ ਇੱਕ ਮੁਸਲਮਾਨ ਦੀ ਦੁਕਾਨ ਤੋਂ ਚਾਹ ਦਾ ਜਦੋਂ ਕੱਪ ਪੀਤਾ, ਪਤਾ ਚੱਲਿਆ ਇਹ ਕ੍ਰਿਸਚਨ ਹੈ, ਉਹਨੂੰ ਲੋਹੇ ਦੇ ਡੰਡੇ ਮਾਰ ਮਾਰ ਕੇ, ਪੱਥਰ ਮਾਰ ਮਾਰ ਕੇ, ਸਿਰਫ ਇਸ ਤੋਂ ਕਿ ਇੱਕ ਕ੍ਰਿਸਚਨ ਹੈ। ਅਸਾਂ ਤੇ ਤੁਹਾਨੂੰ ਐਜੂਕੇਸ਼ਨ ਦਿੱਤੀ ਹੈ ਯਾਰ, ਅਸੀਂ ਤੇ ਤੁਹਾਨੂੰ ਸਿਹਤ ਦਿੱਤੀ ਸੀ, ਅਸੀਂ ਤੁਹਾਡੇ ਪਾਕਿਸਤਾਨ ਦੇ ਲਈ, ਇਸ ਪਾਕਿਸਤਾਨ ਲਈ, ਮੈਂ ਇਹ ਕਹਾਂਗਾ ਸਾਡਾ ਪਾਕਿਸਤਾਨ, ਕਿਉਂਕਿ ਅਸਾਂ ਇਸ ਪਾਕਿਸਤਾਨ ਨੂੰ ਬਣਾਉਣ ਲਈ ਅਸਾਂ ਵੋਟ ਦਿੱਤੇ। ਪੰਜਾਬ ਪਾਕਿਸਤਾਨ ਦਾ ਅਗਰ ਹਿੱਸਾ ਨਾ ਹੁੰਦਾ, ਪਾਕਿਸਤਾਨ ਮਾਦਰੇ ਵਜੂਦ 'ਚ ਨਹੀਂ ਸੀ ਹੈਗਾ। ਸਾਨੂੰ ਕੀ ਹਾਸਲ ਹੋਇਆ? ਇਹ ਹਾਸਲ ਹੋਇਆ ਕਿ ਅਸਾਂ ਆਪਣੀਆਂ ਇੱਜ਼ਤਾਂ ਵੀ ਲੁਟਵਾ ਲਈਆਂ,
अपने चर्च जलवा दिते, क्या उन्होंने लोगों के घर छाड़ोगे जिन्होंने बाइबल मुकदस को जला दिता है? किनिया बाइबल मुकदस तो जलाईया ने एक चर्च के अंदर, बाद कई चर्चा जो 200 बाइबल्स ने, तुसा 22 चर्च 26 चर्च जला दिते ने, ते गौरमेंट कह रही है 4 चर्च, लेकिन हर चर्च के अंदर तुसा 200-300 बाइबल जला दिते है। याद रखो, मैं ये जानना एक मुअल्लम होने की निस्बत कुरान पाक के अंदर 25 दफा मेरे जनाबे खुदावंद यसु मसीह का जिक्र है, 25 दफा। क्या मैं बीइंग अ क्रिश्चियन कुरान पाक की बेहरमती करेंगा? अगर मैं कुरान पाक की बेहरमती कर रहा तो मैं सब तो पहला अपने नजात दिंदा खुदावंद यसु मसीह की बेहरमती कर रहा हाँ, जिन्हें मुकदस मूसा नबी, बाप अब्राहम नबिया का जिक्र है। क्या मैं कुरान पाक की बेहरमती लिए सोच सकना? हरगिज नहीं, हरगिज हरगिज नहीं, क्योंकि तुसी सारे जानते हो। मैं आज मौलाना महमूद अशरफी नूं याद करांगा जिन्होंने रिमशा केस नूं सॉल्व किया, और उस मौलवी ने, उस मौलवी नूं कोई सजा नहीं दिती गई, लेकिन रिमशा नूं कैनेडा नसना पै गया। और जिहड़ी 14 साल की बच्ची जिन्हें बैग च उस मौलवी ने खुद कुरान पाक के सफे पाड़ के पाए सन, क्या उन्हें तुसा सजा नहीं दिती? लेकिन रिमशा बावजूद रहा होंगे उन्होंने इतने खतरे की वजह तो कैनेडा जाना जाना पै गया। क्या यह मेरा पाकिस्तान है? क्या इन्हें मैं अपना पाकिस्तान कहना? मेरे अजीजो, मैं अपने पाकिस्तान के तमाम इंतजामिया, जस्टिस ऑफ पाकिस्तान, तमाम जिन्हें भी साडे अदारे ने, मैं सबनों पूछना चाहना, क्या यह भी मेरा पाकिस्तान? क्या मैं बड़े फखर में कह सकना यह है मेरा पाकिस्तान? मैं भी कहने का हक बख्श दो, मेरी कौम कहने का हक बख्श दो कि मैं कह ये मेरा पाकिस्तान है, क्योंकि इन चीजा सफेद रंग है वह मेरा है, लेकिन वो खून खून हो गया जे, वह खून खून हो गया जे। अज इस गल न, अज की गल लैके आया वा, इनू सुन के तो जरा गौर करो, ताकि शायद शायद यकीन तो नहीं मैं आता, क्योंकि मैं जो इन सफात में मैं वेखना वा, मैं 1997 याद करा तो अज 2023 तक मैनू बड़िया तसलियां मिल चुकी ने। क्या तसलियां का अजाला किसी रूप से तुम कर सकते जे? सो यह अज की गल नाल मैं इस प्रोग्राम का इख्तिताम करना, लेकिन खून के आंसुओं नाल अज का इख्तिताम करना। पाकिस्तान जिंदाबाद।